पता नहीं है भाई मैं कितने लैके टुरी जा रहा है राय राय नहीं आती कि आया सी? ਅਸੀਂ ਐਸਐਮ ਇੱਕ ਮੁਕੰਮਲ ਇੱਕ 뮤직 ਸੁਸਾਇਟੀ ਚ ਆ ਗਏ ਮਾਰੀਟਾ ਯਾਨੀ ਕਿ ਹਾਂਜੀ ਐਨ ਮਾਰੀਟਾ ਤਾਗੜ ਦੀ ਮਾਸ਼ਾਅੱਲਾ ਤੂੰ ਕਿਉਂ ਇੰਨਾ ਘਬਰਾ ਗਈ ਹੈ ਤੇਰੀ ਟੋਪੀ ਨਹੀਂ ਥੱਕੀ ਤੂੰ ਥੱਕ ਗਈ ਮਾਸ਼ਾਅੱਲਾ ਮਾਸ਼ਾਅੱਲਾ ਟੌਮ ਕਰੂਜ਼ ਦਾ ਸਾਲਾ ਹੁੰਦਾ ਚਲੋ ਚਲੀ ਅੰਦਰ ਚਲੀ ਆਓ ਆਓ ਫਿਰ ਮੇਰੇ ਨਾਲ ਚਲੀ ਅੰਦਰ ਅਸਲਾਮ ਅਲੈਕੁਮ ਕੀ ਹਾਲ ਹੈ ਜੀ ਇਹ ਬੰਦਾ ਮੈਨੂੰ ਇਸ ਜਗ੍ਹਾ ਤੇ ਲੈ ਕੇ ਆਇਆ ਵੇਖਾਂ ਦੀ ਜੀ ਭਾਈ ਕੀ ਨਾਮ ਹੈ ਤੁਹਾਡਾ ਸਜਾਦ ਹੁਸੈਨ ਮਾਸ਼ਾਅੱਲਾ ਕਿੱਡਾ ਸੋਹਣਾ ਨਾਮ ਹੈ ਇਹ ਭਾਈ ਕੌਣ ਨੇ ਇਹ ਭਾਈ ਥੋਕ ਚ ਜੁਗਤਾਂ ਵੇਚਦੇ ਵਾਕਈ ਥੋਕ ਤੱਕ ਕਰਦੇ ਜੀ ਤੁਸੀਂ ਮੈਂ ਕਿ ਮੰਡੀ ਚ ਬੈਠਾ ਹਾਂ ਚੱਕ ਭਰਾ ਕੈਮਰਾ ਵੇਖ ਕੇ ਘਬਰਾ ਗਏ ਨੇ ਇਹ ਮੋਇਆ ਦੀ ਮੰਡੀ ਚ ਬੈਠੇ ਔਰ ਇਹਨਾਂ ਕੋ ਬੈਠੇ ਨੇ ਕਿ ਉੱਠ ਨਹੀਂ ਸਕਦੇ ਇਹਨਾਂ ਦਾ ਆਖਰੀ ਮੁਰਦਾ ਬਸ ਉਹ ਵਿਕਲ ਲੱਗਿਆ ਵਿਕ ਜਾਏਗਾ ਤੇ ਉੱਠ ਪੈਣ ਰਾਜ ਗੁਰਦਸਾ ਸਾਹਿਬ ਬੱਕਰੀਆਂ ਦਾ ਮਾਲਸ਼ੀ ਹੁੰਦਾ ਬੱਕਰੀਆਂ ਦਾ ਮਾਲਸ਼ੀ ਔਰ ਇਹਨੂੰ ਪਤਾ ਹੈ ਜੀ ਮੈਂ ਪਿੰਨੀਆਂ ਜੂ ਮਲੀਆਂ ਨੇ ਰਾਹਤ ਬੱਕਰੀ ਹੈ ਜਿਹਦੇ ਸ਼ਨਾਤੀ ਕਾਰਡ ਵੀ ਬਣੇ ਆ ਔਰ ਉਹ ਜਿਹੜਾ ਭਾਈ ਸਾਹਿਬ ਨੇ ਬੈਠੇ ਸੀ ਸ਼ਨਾਤੀ ਕਾਰਡ ਤੇ ਲਿਆ ਜਿਸਮ ਪਰ ਮੂੰਹ ਦਾ ਨਿਸ਼ਾਨ ਰਾਜੂ ਦਾ ਸਸਾ ਫੌਜੀਆਂ ਦਾ ਬੂਟ ਹੁੰਦਾ ਫੌਜੀਆਂ ਦਾ ਬੂਟ ਹੁੰਦਾ ਕੀ ਕਹਿੰਦੇ ਉਹਦੇ ਤਸਵੇ ਹੁੰਦੇ ਨੇ ਔਰ ਮੈਨੂੰ ਤਸਵੇ ਵਿੱਚ ਝੂਠ ਨਹੀਂ ਬੋਲਦਾ ਪਿਆ ਤਸਵੇ ਮੈਂ ਝੂਠ ਨਹੀਂ ਬੋਲਦਾ ਮਲੀ ਮੱਛੀ ਵੇਚਣ ਵਾਲਾ ਚਾਬਾ ਹੁੰਦਾ ਕੀ ਹੁੰਦਾ ਮਲੀ ਮੱਛੀ ਵੇਚਣ ਵਾਲਾ ਚਾਬਾ ਅੱਛਾ ਉੱਤੇ ਦੇ ਵੇਖੋ ਮਨੀ ਮੱਛੀ ਮੱਛੀ ਵਿੱਚ ਉੱਤੇ ਵੇਖੋ ਮਲੀ ਵੇਚਣ ਵਾਲਾ ਚਾਬਾ ਹੁੰਦਾ ਜਿਆ ਜੁਗਤ ਕਰਕੇ ਡੁੱਬੀ ਲਾ ਜਾਣਾ ਥੱਲੇ ਨੂੰ ਤੈਨੂੰ ਵੇਖ ਕੀ ਹੋ ਗਿਆ ਤੈਨੂੰ ਲਾ ਸਿਆਸਤ ਸਭ ਗੱਲ ਕਰੋ ਤੁਸੀਂ ਕੀਮੇ ਵਾਲਾ ਕੇਲਾ ਹੁੰਦਾ ਉਹਦੇ ਨਾਨਕੇ ਹੁੰਦੇ ਨੇ ਦਾਦਕੇ ਵੀ ਹੁੰਦੇ ਨੇ ਐਸੇ ਹੀ ਹੁੰਦੇ ਨੇ ਜੈਸੇ ਹੁੰਦੇ ਨੇ ਕਿਆ ਕਹਿਣੇ ਕਿਆ ਕਹਿਣ ਨੁਕਰੀ ਥੋੜੀ ਹੁੰਦੀ ਕਿਆ ਕਹਿਣੇ ਦਾਦਕੇ ਹੁੰਦੇ ਨੇ ਪਰ ਅੱਜ ਤੋਂ ਬਾਅਦ ਨਹੀਂ ਹੁੰਦੇ ਨਾਸ਼ਤਾ ਹੁੰਦਾ ਚਲੋ ਜੀ ਬੜਾ ਮਜ਼ਾ ਆਇਆ ਠੀਕ ਹੈ ਜੀ ਜ਼ਿੰਦਗੀ ਦੀ ਦੁਬਾਰਾ ਮਿਲਾਂਗੇ ਅਤੇ ਹੁਣ ਮੇਰਾ ਖਿਆਲ ਤੁਸੀਂ ਦਫਾ ਦੇ ਨਹੀਂ ਮੇਰੇ ਵੱਡੇ ਨੇ ਤੁਸੀਂ ਹੁਣ ਵੋਗੋ ਇੱਧਰੋਂ ਅਤੇ ਫਿਰ ਬਹੁਤ ਸ਼ੁਕਰੀਆ ਇੱਥੇ ਹੀ ਹੋ ਤੁਸੀਂ ਚਲੋ ਫਿਰ ਉਰਾਂ ਹੋ ਜਾਓ ਚਲੋ ਜੀ ਹੁਣ ਮੇਰਾ ਖਿਆਲ ਹੈ ਚਲੋ ਪਾਣੀ ਜਾਓ ਤੁਸੀਂ ਹੁਣ ਬਹੁਤ ਜਾਓ ਬਸ ਬਹੁਤ ਸ਼ੁਕਰੀਆ ਬਈ ਗੁਲਦਸਤਾ ਪਾਉਣ ਦਾ ਮਾਸ਼ਾਅੱਲਾ ਸ਼ੁਕਰੀਆ ਚਲੋ ਜੀ ਉਹ ਦੋਵੇਂ ਤਾਂ ਗਏ ਹੁਣ ਮੈਨੂੰ ਦੋ ਮਾਰੀਟਾਂ ਹੋਰ ਨਹੀਂ ਡੇਢ ਮਾਰੀਟਾਂ ਮੈਨੂੰ ਲੱਭੀ ਆ ਇੱਕ ਇਹ ਬੱਚਾ ਇੱਕ ਇਹ ਪੱਕਾ ਮੈਨੂੰ ਜੀ ਪੁੱਤਰ ਕੀ ਨਾਂ ਤੇਰਾ ਸਲਾਮਤ ਅਲੀ ਜੀ ਇਹ ਗੁਲਦਸਤਾ ਸਾਹਿਬ ਦਾ ਪੁੱਤਰ ਹੈ ਕੀ ਹਾਲ ਹੈ ਠੀਕ ਹੋ ਸ਼ੁਕਰ ਆਪ ਸੁਣਾਏ ਪੰਜਾਬੀ 'ਚ ਗੱਲ ਕਰ ਪੁੱਤਰ ਸਾਰਾ ਦਿਨ ਪੰਜਾਬੀ ਬੋਲ ਬੋਲ ਕੇ ਤੇ ਟੀਵੀ ਤੇ ਉਰਦੂ ਬੋਲ ਰਹੇ ਹੈ ਸ਼ੁਕਰ ਔਰ ਤੁਸੀਂ ਸੁਣਾਓ ਸ਼ੁਕਰ ਅੱਲਾ ਦਾ ਹੋਰ ਤੁਸੀਂ ਭਾਈ ਸ਼ੁਕਰ ਅੱਲਾ ਦਾ ਅੱਛਾ ਆਪ ਹੈ ਬਾਅਦ 'ਚ ਆਉਂਦੇ ਪਹਿਲੇ ਦੇ ਬੁੱਲ ਆਉਂਦੇ ਨੇ ਅੱਗੇ ਹਾਂਜੀ ਅਸਲੀ ਜੀ ਦੱਸੋ ਬੱਚੇ ਤੋਬਾ ਮੈਨੇ ਕਿਹਾ ਇਹਦਾ ਬੁਰਾ ਮੂੰਹ ਨਿਓਲਾ ਸੁਕਨੇ ਪਾਇਆ ਹੁੰਦਾ ਕਹਿੰਦਾ ਨਿਓਲਾ ਸੁਕਨੇ ਪਾਇਆ ਅੱਛਾ ਜੀ ਤੋਬਾ ਲੂਕਾ ਦਾ ਬੂਟ ਹੁੰਦਾ ਲੂਕਾ ਦਾ ਬੂਟ ਹੋਰ ਦੇਸੀ ਮੁਰਗਾ ਹੁੰਦਾ ਪੰਜ ਹੋਰ ਕਰਦੇ ਨੇ ਛੁੱਟੀ ਤੇਰੀ ਫਿਰ ਤੋਬਾ ਮੇਰੀ ਕਿਆ ਬੁਰਾ ਮੂੰਹ ਹੈ ਤੇਰਾ ਤੇਰੇ ਅੱਬੇ ਦਾ ਕੋਟ ਹੁੰਦਾ ਕੀ ਕੀ ਅੱਬੇ ਦਾ ਕੋਟ ਹੁੰਦਾ ਕਹਿੰਦੇ ਤੇਰੇ ਅੱਬੇ ਦਾ ਕੋਟ ਹੁੰਦਾ ਮਾ ਜਾਨੀ ਪਾਇਆ ਸੀ ਤੇਰੇ ਅੱਬੇ ਨੇ ਕੋਟ ਮੰਡੇ ਲੈਣ ਵਾਲਾ ਉਹ ਹੁੰਦਾ ਬੇਗਮ ਕੋਟ ਤੋਬਾ ਮੇਰੀ ਟਾਡਾ ਕਿੱਡਾ ਬੂ ਹੈ ਬੁਰਾ ਮੂੰਹ ਹੈ ਦੇਸੀ ਘੋ ਦਾ ਕੁੱਕਰ ਹੁੰਦਾ ਤੋਬਾ ਮੇਰੀ ਕਿਆ ਬੁਰਾ ਮੂੰਹ ਹੈ ਤੁਹਾਡਾ ਟੋਪੀ ਸੁਕਨੇ ਪਾਈ ਹੁੰਦੀ ਕਿੱਡਾ ਬੁਰਾ ਮੂੰਹ ਟੋਪੀ ਟੋਪੀ ਬਹੁਤ ਅਸ਼ੇ ਆਪਣਾ ਮੂੰਹ ਵੇਖੇ ਜੇ ਮੋਟਰਸਾਈਕਲ ਦੀ ਬ੍ਰੇਕ ਹੁੰਦੀ ਦੁੱਬਾ ਡਰਾਈ ਕਲੀਨ ਕੀਤਾ ਹੁੰਦਾ ਉਹਦੇ ਗੇਅਰ ਹੁੰਦਾ ਪਹਿਲਾਂ ਕਿਦਾ ਚਲੋ ਜੀ ਬੜਾ ਸ਼ੁਕਰੀਆ ਤੁਹਾਡਾ ਠੀਕ ਹੈ ਮੈਨੂੰ ਤੁਹਾਡੇ ਨਾਲ ਜ਼ਰਾ ਮਜ਼ਾ ਨਹੀਂ ਆਇਆ ਮੈਨੂੰ ਠੀਕ ਹੈ ਮਾਸ਼ਾਅੱਲਾ ਤੁਸੀਂ ਬੜੇ ਕੱਚੇ ਹੋ ਪਾਏ ਤੁਸੀਂ ਮਾਜ਼ਰਤ ਨਾਲ ਠੀਕ ਹੈ ਤੇ ਮਾੜੀ ਟਾਈਮ ਤੇ ਨਾ ਤੇ ਤੁਸੀਂ ਬਹੁਤ ਵੱਡਾ ਤੱਬਾ ਹੋ ਠੀਕ ਹੈ ਤੇ ਜ਼ਿੰਦਗੀ ਰਹੀ ਤੇ ਦੁਬਾਰਾ ਕਦੀ ਵੀ ਨਹੀਂ ਮਿਲਾਂਗੀ ਮੈਂ ਤੇ ਇੱਥੋਂ ਉਹ ਗੋਣ ਠੀਕ ਹੈ ਤੇ ਪੁੱਤਰ ਤੂੰ ਮੇਰੇ ਨਾਲ ਅੱਗੇ ਚੱਲ ਇਹਦੇ ਇਸ ਬੱਚੇ 'ਚ ਮੈਨੂੰ ਕੋਈ ਦਮ ਲੱਗ ਰਿਹਾ ਤੇ ਚੱਲ ਪੁੱਤਰ ਤੂੰ ਮੇਰੇ ਨਾਲ ਅੱਛਾ ਮੈਨੂੰ ਇਹ ਦੱਸ ਪੁੱਤਰ ਇੱਥੇ ਕਿੰਨੇ ਦਰਵਾਜ਼ੇ ਨੇ ਇੱਥੇ 14 ਦਰਵਾਜ਼ੇ ਨੇ ਅੱਛਾ ਦਰਵਾਜ਼ੇ ਨੂੰ ਅੰਗਰੇਜ਼ੀ 'ਚ ਕੀ ਕਹੀਦਾ ਅੰਗਰੇਜ਼ੀ ਦਰਵਾਜ਼ੇ ਨੂੰ ਕਹੀਦਾ ਹੈ ਗੇਟ ਕਹੀਦਾ ਨਾ ਤੇ ਮੈਨੂੰ ਦੱਸ ਕਿਹੜਾ ਗੇਟ ਹੈ ਜਿਸ ਗੇਟ 'ਚ ਕੋਈ ਬੰਦਾ ਨਹੀਂ ਦਾਖਲ ਹੋ ਸਕਦਾ ਕਿਹੜਾ ਗੇਟ ਹੈ ਨਾਲ ਨਾਲ ਟੁਰ ਵੀ ਨਾ ਪਰੇਸ਼ਾਨ ਹੋ ਗਿਆ ਕਿਹੜਾ ਗੇਟ ਦਾ ਕਿਹੜਾ ਕੀ ਨਾਮ ਹੈ ਉਸ ਗੇਟ ਦਾ ਉਸ ਗੇਟ ਦਾ ਨਾਮ ਹੈ ਲੋਹਾਰੀ ਗੇਟ ਜਿੱਥੇ ਕੋਈ ਦਾਖਲ ਹੀ ਨਹੀਂ ਹੋ ਕੋਈ ਸ਼ਹਿਰ ਜਾ ਨਹੀਂ ਸਕਦੀ ਕੋਈ ਸ਼ਹਿਰ ਨਹੀਂ ਜਾ ਸਕਦੀ ਜੇਲ ਵਾਰ ਵਾਹ ਕੋਲਗੇਟ ਕਮਲਿਆ ਚੱਲ ਅੱਗੇ ਚੱਲੀਏ ਵਾਰੇ ਵਾਹ ਮਲੋਕ ਹੁੰਦਾ ਵੇਖੋ ਜ਼ਰਾ ਕਿਉਂ ਦਾ ਛਾਪਰ ਹੁੰਦਾ ਹੈ ਮਾਸ਼ਾਅੱਲਾ ਮਾਫੀ ਵਰਗਾ ਮੂੰਹ ਹੈ ਬੱਚੇ ਦਾ ਇਸ ਤਰ੍ਹਾਂ ਮਾਸ਼ਾਅੱਲਾ ਗਿੱਟਾ ਹੁੰਦਾ ਹੈ ਮਾ ਕਾਜੂ ਹੁੰਦਾ ਕਿੱਡੇ ਤੇਰੇ ਗੰਦੇ ਦੰਦ ਨੇ ਓ ਵੇਖੋ ਅੱਲਾ ਭਲਾ ਕਰੇ ਅੱਧੀ ਦਰਜਨ ਮਾੜੀ ਟਾਈਮ ਮਿਲ ਗਏ ਮੈਨੂੰ ਹੈ ਮਾੜੀ ਟਾਈਮ ਵੇਖੋ ਇਹਨਾਂ ਨਾਲ ਗੱਲਾਂ ਕਰਾਂਗੇ ਮਾ ਓ ਹੋ 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 ਵੇਖੋ ਮਾਰੂਫ ਸਿੰਗਰ ਵੇਖੋ ਜ਼ਰਾ ਮਸਰੂਰ ਫਤਿਹ ਅਲੀ ਖਾਨ ਸਾਹਿਬ ਸਰ ਸਰ ਕੀ ਹਾਲ ਹੈ
ਔਰ ਤੁਸੀਂ ਸੁਣਾਓ ਸਭ ਠੀਕ ਹੈ ਮੈਂ ਵੀ ਠੀਕ ਹਾਂ ਸ਼ੁਕਰ ਹੈ ਅੱਲਾਹ ਦਾ ਹਾਲਾਤ ਦਾ ਸੁਣਾਓ ਮੁਲਕ ਦੇ ਕੀ ਹਾਲਾਤ ਨੇ ਮਾਰੀ ਟਾਈਮ ਕਿਸ ਤਰ੍ਹਾਂ ਸਰਵਾਈਵ ਕਰ ਰਿਹਾ ਵਿਚਾਰਾ ਕੀ ਪੁੱਛਿਆ ਜੇ ਮੁਲਕ ਦੇ ਕੀ ਹਾਲਾਤ ਨੇ ਜੋ ਢਾੜੀਆਂ ਦੇ ਘਰਾਂ ਦੇ ਹਾਲਾਤ ਨੇ ਕੀ ਹਾਲਾਤ ਇਹ ਹੋਈ ਹੈ ਜੀ ਜੋ ਮਾੜੀ ਟਾਈਮ ਦੇ ਘਰਾਂ ਦੇ ਹਾਲਾਤ ਨੇ ਉਹ ਹੀ ਮੁਲਕ ਦੇ ਹਾਲਾਤ ਨੇ ਮੁਲਕ ਦੇ ਹਾਲਾਤ ਨਾ ਉਹਨਾਂ ਦੇ ਹਾਲਾਤ ਚੇਂਜ ਹੋਣੇ ਨੇ ਨਾ ਇਨਸ਼ਾਅੱਲਾ ਮੁਲਕ ਦੇ ਹੋਣੇ ਮਸਕੀਨ ਮਸਕੀਨ ਮਾੜੀ ਟਾਈਮ ਮਸਕੀਨ ਤਰ ਮਸਕੀਨ ਤਰ ਇਹ ਭਾਈ ਕੌਣ ਨੇ ਇਹ ਜੀ ਮੇਰੇ ਨਾਲ ਹੁੰਦੇ ਨੇ ਮੇਰੀ ਟੀਮ ਦੇ ਬੰਦੇ ਨੇ ਇਹ ਸਾਰੇ ਬੰਦੇ ਟੀਮ ਦੇ ਨੇ ਬੇ ਤੁਹਾਨੂੰ ਪਤਾ ਵੇ ਕੁਆਲੀ ਦੇ ਵਿੱਚ ਇੰਨੇ ਕੁ ਬੰਦੇ ਹੋਣੇ ਚਾਹੀਦੇ ਨੇ ਜਿੱਦਾਂ ਕੁਰੇ ਰੱਬ ਦਾ ਨਾ ਮਾਸ਼ਾਅੱਲਾ ਮਾਸ਼ਾਅੱਲਾ ਤੇ ਇਹ ਭਾਈ ਕੌਣ ਨੇ ਇਹ ਸਾਹਿਬ ਇਹ ਜਿਹੜੇ ਨੇ ਇਹ ਜੀ ਮੇਰਾ ਸ਼ਗਿਰਦੇ ਸ਼ਗਿਰਦੇ ਹਾਂਜੀ ਬਾਬਾ ਖਾਂ ਹੈ ਅੱਛਾ ਅੱਛਾ ਤੇ ਇਹ WhatsApp ਤੇ ਵਾਜਾ ਵਜਾਉਂਦਾ WhatsApp ਤੇ ਮਾਸ਼ਾਅੱਲਾ ਮਾਸ਼ਾਅੱਲਾ ਦੇਖੋ ਜਰਾ ਸੱਪ ਨੂੰ ਸ਼ੂਗਰ ਹੋ ਜਾਂਦੀ ਹੈ ਇਸੇ ਤਰ੍ਹਾਂ ਹੀ ਕਿੱਦਾਂ ਖੂਬਸੂਰਤ ਆਦਮੀ ਮਾਸ਼ਾਅੱਲਾ ਅਦਾਕਾਰ ਪਰੇਸ਼ਾਨ ਸ਼ੁਕਰ ਘਰ ਤੇ ਰਜਦਾ ਨਹੀਂ ਮੈਂ ਤਾਂ ਜੋ ਵੀ ਮੈਨੇ ਕਹਿਣਾ ਹੈ ਕਿ ਆਪਣੇ ਸੈਕਟਰੀ ਦੇ ਬਾਰੇ ਮੈਂ ਹੈ ਮੈਨੇ ਪੰਜਾਬੀ ਵਿੱਚ ਗੱਲ ਕਰੋ ਮੈਂ ਪੰਜਾਬੀ ਚ ਕਹਿ ਰਿਹਾ ਹਾਂ ਕਿ ਅਸੀਂ ਜੋ ਕਹਿਣਾ ਆਪਣੇ ਸੈਕਟਰੀ ਦੇ ਬਾਰੇ ਕਹਿਣਾ ਹੈ ਕੀ ਹੈ ਇਹ ਹਮਾਰੇ ਸੈਕਟਰੀ ਹੈ ਇਨਕੀ ਬਹੁਤ ਜੋ ਹੈ ਵੋ ਅੱਛੀ ਪੋਜੀਸ਼ਨ ਹੈ ਅੱਛਾ ਮਾੜੀ ਤੇ ਟਾਈ ਲਗਾਈ ਹੋਈ ਹੈ ਠੀਕ ਹੈ ਅੱਲਾ ਦੇ ਫਜ਼ਲ ਨਾਲ ਜਿੱਥੇ ਤਾੜੀ ਮਾਰਦੇ ਨੇ 2 ਮਹੀਨੇ ਕਬੂਤਰ ਨਹੀਂ ਬੈਂਦੇ ਕਵਾਲ ਬੱਚੇ ਨੇ ਕਵਾਲ ਬੱਚੇ ਕੋਈ ਤਾੜੀ ਮਾਰੇ ਨਾ ਮਾੜੇ ਆਪ ਹੀ ਮਾਰੇ ਜਾਂਦੇ ਪਰ ਸੇਧ ਹੀ ਨਹੀਂ ਹੈ ਕਿ ਜਿਵੇਂ ਬਲੱਡ ਪ੍ਰੈਸ਼ਰ ਵਾਲਾ ਰਿਛ ਨਹੀਂ ਹੁੰਦਾ ਜ਼ਬਰਦਸਤ ਹਾਂਜੀ ਹੁਣ ਦੱਸੋ ਨਹੀਂ ਇਨਕੋ ਹਮ ਜੁਗਤ ਨਹੀਂ ਲਗਾ ਸਕਦੇ ਮੈਂ ਆਪਣੇ ਸੈਕਟਰੀ ਕੇ ਵੇਖੋ ਜੀ ਇਧਰ ਮੇਰੀ ਧੀ ਇਹ ਲਾ ਸਕਦੇ ਨੇ ਅਸੀਂ ਗਰੁੱਪ ਦਾ ਪਾਰਟੀ ਜਿਹੜੀ ਬਰਾਬਰ ਹੁੰਦੀ ਹੈ ਠੀਕ ਹੈ ਨਾ ਜੀ ਇਹ ਮੈਨੂੰ ਜੁਗਤ ਲਾ ਸਕਦੇ ਨੇ ਇਹਨੇ ਮਾਸ਼ਾਅੱਲਾ ਮੇਰਾ ਤੇ ਸਿਹਤਮੰਦ ਸਾਥੀ ਹੈ ਸਿਹਤਮੰਦ ਸਾਥੀ ਮਾਸ਼ਾਅੱਲਾ ਇਹ ਕੁਆਲੀ ਲਈ ਦੁਆ ਕਰੋ ਕੁਆਲੀ ਜ਼ਿਆਦਾ ਤੋਂ ਜ਼ਿਆਦਾ ਹੋਵੇ ਲੇਕਿਨ ਅੱਜ ਕੱਲ੍ਹ ਰਾਏ 'ਚ ਕੁਆਲੀ ਹੋ ਗਈ ਹੈ ਪੂਰੇ ਵਰਲਡ 'ਚ ਸੂਫੀਜ਼ਮ ਜਿਹੜਾ ਨਾ ਉਹ ਬਹੁਤ ਚੱਲ ਰਿਹਾ ਠੀਕ ਹੈ ਜੀ ਅਤੇ ਕੁਆਲ ਹਰ ਘਰ ਦੇ ਵਿੱਚ ਹਰ ਕੁਆਲ ਬੱਚਾ ਪੈਦਾ ਹੋ ਰਿਹਾ ਕੋਈ ਚੀਜ਼ ਹੋਵੇ ਨਾ ਹੋਵੇ ਕੁਆਲੀ ਜਿਹੜੀ ਉਹ ਰਾਏ 'ਚ ਇਸ ਤਰ੍ਹਾਂ ਹੀ ਸਾਡਾ ਮੁਲਕ ਹੱਸਦਾ ਰਹੇ ਖੇਡਦਾ ਰਹੇ ਜੁੱਤਾਂ ਮਾਰਦਾ ਰਹੇ ਅਤੇ ਇਸੇ ਤਰ੍ਹਾਂ ਹੀ ਹੈ ਮੇਰੇ ਸਵਾਲ ਦਾ ਜਵਾਬ ਦੱਸੋ ਸੋਨੇ ਦੀ ਕਿਹੜੀ ਸ਼ਾਇਦ ਜਿਹੜਾ ਸੁਨਿਆਰਾ ਵੀ ਨਹੀਂ ਵੇਚਦਾ ਕਿਹੜੀ ਸ਼ਾਇਦ ਸੋਨੇ ਦੀ ਉਹ ਤਾਂ ਕੋਈ ਵੇਚਦਾ ਹੀ ਨਹੀਂ ਆਪਾਂ ਹੀ ਰੱਖ ਲੈਂਦਾ ਭੈੜਾ ਸੋਨੇ ਦੀ ਸੋਨੇ ਦੀ ਹਾਂ ਕੀ ਘਬਰਾਇਆ ਮਾੜੀ ਟਾਈਮ ਗੁੱਥਲੀ 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 ਨੀਂਦ ਨੀਂਦ ਨੀਂਦਰ ਮਾਸ਼ਾਅੱਲਾ ਚੱਪਲ ਨਾਲ ਸੱਪ ਮਾਰਿਆ ਹੁੰਦਾ ਵੇਖੋ ਜ਼ਰਾ ਚੱਪਲ ਨਾਲ ਸੱਪ ਮਾਰਿਆ ਹੁੰਦਾ ਗੁੱਸਾ ਨਹੀਂ ਮੈਂ ਗੁੱਸਾ ਨਹੀਂ ਹਾਂਜੀ ਬੱਕਰੀ ਮਾਸ਼ਾਅੱਲਾ ਜੀ ਮੈਂ ਮਸਰੂਰ ਸਾਹਿਬ ਦੀ ਬੜੀ ਸ਼ੁਕਰ ਗੁਜ਼ਾਰ ਹਾਂ ਮਸਰੂਰ ਸਾਹਿਬ ਨੇ ਟਾਈਮ ਦਿੱਤਾ ਟਾਈਮ ਕਰ ਉਹ ਖਲੋਜਾ ਭਾਈ ਖਲੋਜਾ ਜੁਗਤ ਆਂਦੀ ਕੋਈ ਨਹੀਂ ਤੇ ਇੰਟਰਪਟ ਕਰ ਰਿਹਾ ਸੈਵਨ ਵਾਲਿਆਂ ਦੇ ਮਸ਼ਹੂਰ ਆ ਸੀ ਇਹ ਭਾਈ ਇਹਨਾਂ ਦੀ ਮਸ਼ਹੂਕ ਹੈ ਤੇ ਜ਼ਿੰਦਗੀ ਰਹੀ ਤੇ ਦੁਬਾਰਾ ਮਿਲਾਂਗੇ ਪੁੱਛਾਂ ਲਈ ਮਸ਼ਹੂਕ ਲਈ ਮਸ਼ਹੂਕ ਪ੍ਰਿਆ ਜੀ ਸ਼ੁਕਰ ਚਲੋ ਸਰੂਰ ਸਾਹਿਬ ਜ਼ਿੰਦਗੀ ਰਹੀ ਤੇ ਦੁਬਾਰਾ ਮਿਲਾਂਗੇ ਕੋਈ ਇਹੋ ਜਿਹਾ ਕੈਰੈਕਟਰ ਹੀ ਨਹੀਂ ਲੱਭ ਰਿਹਾ ਕਿ ਮੇਰੀ ਤਬੀਅਤ ਜ਼ਰਾ ਸਾਫ ਹੋਵੇ ਮੈਨੂੰ ਮਜ਼ਾ ਵਿੱਚ ਮਜ਼ਾ ਤੇ ਆਏ ਮੈਨੂੰ ਲੱਭ ਓਏ ਵੇਖੋ ਕਿੱਡੀ ਚਟਪਟੀ ਮਾਸ਼ਾਅੱਲਾ ਪਠਾਣਾ ਦੀ ਟਰਾਲੀ ਹੁੰਦੀ ਹੈ ਵੇਖੋ ਕਿੱਡੀ ਸਜੀ ਹੈ ਮਾਸ਼ਾਅੱਲਾ ਕੀ ਹਾਲ ਹੈ ਠੀਕ ਹੋ ਜੀ ਸ਼ੁਕਰ ਲੱਗਦਾ ਭੁੱਖੇ ਲੱਗ ਲੈ ਪਿਆ ਭੁੱਖੇ ਦੀ ਜਿੱਦੀ ਜਿੰਨੀ ਕੁ ਤੁਹਾਡੀ ਸਿਹਤ ਇਹੋ ਜਿਹੀ ਔਰਤ ਬਹਿ ਕੇ ਬੰਦਾ ਮਾਰਦੇ ਇੱਥੇ ਆ ਜਾਓ ਤੁਸੀਂ ਇੱਥੇ ਮੈਨੂੰ
ਕੋਈ ਮਾਰ ਦਵੇ ਮੈਂ ਆਪ ਗੋਲੀ ਮਾਰਦੀ ਨਾ ਨਹੀਂ ਨਹੀਂ ਤੁਸੀਂ ਤੁਸੀਂ ਕਿਤੇ ਤੇ ਬਹਿ ਕੇ ਤੇ ਉਹਨੂੰ ਮਾਰ ਦਿਓ ਨਾ ਬੰਦੂਕ ਨਾ ਛੁਰੀ ਚਾਕੂ ਕੋਈ ਨਹੀਂ ਬਹਿ ਕੇ ਬਹਿ ਕੇ ਭਾਈ ਮਾਰ ਦਿਓ ਓ ਬੇਟੇ ਬਹਿ ਕੇ ਛੱਡ ਸਾਡੇ ਵੱਲ ਪਿਓ ਦਾ ਪੁੱਤਰ ਕੋਈ ਅੱਖ ਪਾਵੇ ਦਾਤਾ ਦੀ ਨਗਰੀ ਚ ਬਿੱਟੋ ਚਬਾਰੇ ਵਾਲੀ ਫਜ਼ੀਲਤ ਰੂਜ 12 ਦਰਵਾਜ਼ੇ ਦੇ ਅੰਦਰ ਤੇ ਮਿਹਨਤ ਕਰਦੀ ਗੋਲੀ ਮਾਰ ਦੇਵੇ ਕਿਸੇ ਦਾ ਹੱਕ ਤੇ ਨਹੀਂ ਖਾਂਦੀ ਇੱਜ਼ਤ ਦੀ ਕਮਾਨੀ ਨਹੀਂ ਨਹੀਂ ਤੁਸੀਂ ਕਿਸੇ ਨੂੰ ਮਾਰ ਦਿਓ ਤੁਸੀਂ ਅਸੀਂ ਕਿਉਂ ਮਾਰੀਏ ਕਿਉਂ ਮਾਰੀਏ ਪਹਿਲੇ ਮਿਹਨਤ ਕਰਨੇ ਪਿਆ 6 ਵਜੇ ਤੋਂ ਲੈ ਕੇ ਰਾਤ 12 ਵਜੇ ਤੱਕ ਨਾ ਬੱਚੇ ਮੇਰੇ ਕੋਲ ਲੈਂਦੇ ਨੇ ਬਿੱਲ ਤੇ ਨਾ ਮੇਰੇ ਕੋਲ ਟੈਕਸ ਕੋਈ ਅਸੀਂ ਆਪ ਜਗ੍ਹਾ ਟੈਕਸ ਆਪ ਜਗ੍ਹਾ ਵੱਡਾ ਰਿਕਸ਼ਾ ਹੁੰਦਾ ਐ ਤੂੰ ਨਹੀਂ ਚਲਾ ਸਕਦੀ ਮਰੇ ਤੂੰ ਤੇ ਅੱਗੇ ਰਹੀ ਹੋਈ ਵੱਡੀ ਵੱਡੀ ਟਰਾਲੀ ਹੁੰਦੀ ਹੈ।